ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਉਸ ਬਿਆਨ ਉੱਤੇ ਜਿਸ ਦੀ ਚਰਚਾ ਵਧੇਰੇ ਹੋ ਰਹੀ ਹੈ ਕਿ ਆਖਿਰਕਾਰ ਸਰਕਾਰ ਇਸ ਵੇਲੇ ਚੁੱਪ ਕਿਉਂ ਹੈ। ਇਸ ਚੁੱਪ ਦੇ ਉੱਤੇ ਸਾਜਿਸ਼ ਇਸ ਨੂੰ ਦੱਸਿਆ ਜਾ ਰਿਹਾ, ਰਾਕੇਸ਼ ਟਿਕੈਤ ਦਾ ਬਿਆਨ ਹੈ। ਸਰਕਾਰ ਕਿਹੜਾ ਹੱਥਕੰਡਾ ਅਪਣਾ ਸਕਦੀ ਹੈ ਕਿਸਾਨਾਂ ਨੂੰ ਬਾਰਡਰਾਂ ਤੋਂ ਭਜਾਉਣ ਦੇ ਲਈ, ਜਾਂ ਕਹਿ ਲਓ ਬਾਰਡਰਾਂ ਨੂੰ ਖਾਲੀ ਕਰਵਾਉਣ ਦੇ ਲਈ। ਜਿਸ ਤਰੀਕੇ ਦੀ ਗਾਜ਼ੀਪੁਰ ਬਾਰਡਰ 'ਤੇ ਕਾਰਵਾਈ ਹੋਈ ਸੀ, ਉਸ ਤੋਂ ਬਾਅਦ ਇੱਕ ਚੁੱਪ ਜਿਹੜੀ ਹੈ ਉਹ ਸਰਕਾਰੀ ਖੇਮੇ ਦੇ ਵਿੱਚ ਛਾਈ ਹੋਈ ਹੈ, ਪਰ ਅੰਦਰ ਖਾਤੇ ਲੱਗਦਾ ਕਿ ਕੋਈ ਨਾ ਕੋਈ ਉਬਾਲ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆ ਜਾਣਾ। ਇਹਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਸੰਭਾਵਨਾਵਾਂ ਨੇ। ਇਸ ਤੋਂ ਇਲਾਵਾ ਨੌਜਵਾਨਾਂ ਅਤੇ ਕਿਸਾਨਾਂ ਦੇ ਵਿਚਾਲੇ ਜਿਵੇਂ ਦੀ ਤਕਰਾਰ ਪਿਛਲੇ ਸਮੇਂ ਵਿੱਚ ਦੇਖਣ ਨੂੰ ਮਿਲੀ ਸੀ, ਨੌਜਵਾਨ ਲੀਡਰਸ਼ਿਪ ਆਪਣੇ ਪਾਸੇ ਸੀ ਅਤੇ ਕਿਸਾਨ ਜਿਹੜੇ ਨੇ ਉਹ ਲਗਾਤਾਰ ਨੌਜਵਾਨਾਂ ਨੂੰ ਕੋਸ ਰਹੇ ਸੀ, ਲੀਡਰਸ਼ਿਪ ਨੂੰ ਕੋਸ ਰਹੇ ਸੀ, ਅਤੇ ਹੁਣ ਇਹ ਸਭ ਦੇ ਵਿਚਾਲੇ ਦੀਪ ਸਿੱਧੂ ਦੀ ਚਰਚਾ ਇੱਕ ਵਾਰ ਫਿਰ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਦੀਪ ਸਿੱਧੂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਦੇ ਲਈ ਉਹ ਹਰ ਹੀਲਾ ਹਰ ਤਰੀਕੇ ਦੇ ਨਾਲ ਕਾਨੂੰਨੀ ਲੜਾਈ ਲੜਨਗੇ। ਉਹਨਾਂ ਦੀ ਫੋਨ 'ਤੇ ਵੀ ਦੀਪ ਸਿੱਧੂ ਦੇ ਨਾਲ ਗੱਲਬਾਤ ਹੋਈ ਸੀ। ਮਸਲਾ ਕਿੱਧਰ ਨੂੰ ਜਾ ਰਿਹਾ, ਦੀਪ ਸਿੱਧੂ ਦੀ ਅਹਿਮੀਅਤ ਇਸ ਸਮੇਂ ਦੌਰਾਨ ਕਿਸ ਤਰ੍ਹਾਂ ਦੇਖੀ ਜਾ ਰਹੀ ਹੈ, ਉਸ ਉੱਤੇ ਗੱਲਬਾਤ ਕਰਾਂਗੇ। ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਉਹ ਅਗਲੇ ਸਮੇਂ ਦੇ ਵਿੱਚ ਹੋਣ ਜਾ ਰਹੀ ਹੈ। ਕਿਸਾਨ ਕਹਿੰਦੇ ਨੇ ਕਿ ਕੋਰੋਨਾ ਦਾ ਟੀਕਾ ਅਸੀਂ ਨਹੀਂ ਲਗਵਾਵਾਂਗੇ, ਕਿਸਾਨ ਆਗੂਆਂ ਦਾ ਇਹ ਬਿਆਨ ਹੈ। ਇਸ ਉੱਤੇ ਵੀ ਚਰਚਾ ਕਰਾਂਗੇ। ਇੱਕ ਹੋਰ ਜਿਹੜਾ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ, ਉਹਦੇ ਵਿੱਚ ਸ਼ਰਾਬ ਦੇ ਉੱਤੇ ਕਿਹਾ ਜਾ ਰਿਹਾ ਕਿ ਜੇ ਕੋਈ ਜ਼ਹਿਰੀਲੀ ਸ਼ਰਾਬ ਵੇਚੇਗਾ ਤਾਂ ਉਸ ਨੂੰ ਮੌਤ ਦੀ ਸਜ਼ਾ ਹੋਏਗੀ। ਸਰਕਾਰ ਬੜੀ ਦੇਰ ਨਾਲ ਜਾਗੀ ਹੈ, ਪਰ ਇਹਦੇ ਪਿੱਛੇ ਜਿਹੜੇ ਪਹਿਲਾਂ ਸ਼ਰਾਬ ਦੇ ਕਾਂਡ ਹੋਏ ਨੇ ਉਹਨਾਂ ਦਾ ਕੀ ਬਣੇਗਾ, ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਸ ਸਭ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਖਵਿੰਦਰ ਜੀ, ਤੁਹਾਡਾ ਧੰਨਵਾਦ ਹੈ ਬਹੁਤ ਜੀ। ਪਰਮਿੰਦਰ ਜੀ, ਰਾਕੇਸ਼ ਟਿਕੈਤ ਦਾ ਬਿਆਨ, ਪਹਿਲਾਂ ਵੀ ਬੜੀ ਵਾਰੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ, ਕਦੇ ਉਹ 40 ਲੱਖ ਟਰੈਕਟਰਾਂ ਦੀ ਗੱਲ ਕਹਿੰਦੇ ਨੇ, ਕਦੇ ਪਾਰਲੀਮੈਂਟ ਨੂੰ ਘੇਰਨ ਦੀ ਗੱਲ ਕਹਿੰਦੇ ਨੇ, ਪਰ ਹੁਣ ਜਿਹੜਾ ਬਿਆਨ ਹੈ ਉਹ ਬੜਾ ਹੀ ਮਤਲਬ ਕਿ ਚਿੰਤਾਜਨਕ ਵੀ ਹੈ, ਅਤੇ ਇਹਨੂੰ ਲੈ ਕੇ ਕਿਸਾਨਾਂ ਨੂੰ ਕਿਸ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਕਿ ਕਿਹੜੀ ਕਾਰਵਾਈ, ਕਿਹੜੀ ਸਾਜਿਸ਼ ਇਸ ਚੁੱਪ ਇਸ ਖਾਮੋਸ਼ੀ ਦੇ ਪਿੱਛੇ ਕੀ ਚੱਲ ਰਿਹਾ। ਬਿਲਕੁਲ ਸੁਖਵਿੰਦਰ ਜੀ, ਜਿਹੜਾ ਰਾਕੇਸ਼ ਟਿਕੈਤ ਨੇ ਇੱਕ ਖਦਸਾ ਜ਼ਾਹਰ ਕੀਤਾ ਕਿ ਜਿਹੜੀ ਆਹ ਸਰਕਾਰ ਦੀ ਚੁੱਪੀ ਹੈ ਇਹ ਬੜੀ ਭਿਆਨਕ ਹੈਗੀ ਹੈ, ਇਹਦੇ ਮਕਸਦ ਹੋਰ ਨੇ। ਦੇਖੋ, ਕਾਫੀ ਸੁਲਝੇ ਹੋਏ ਬੰਦੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਨੇ, ਰਾਕੇਸ਼ ਟਿਕੈਤ ਵੀ ਉਹਨਾਂ 'ਚ ਇੱਕ ਹੈ। ਇਹਨਾਂ ਦਾ ਸੰਬੰਧ ਜਿਹੜਾ ਹੈਗਾ ਪੁਰਾਣਾ ਅੰਦੋਲਨਾਂ ਨਾਲ ਰਿਹਾ, ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਰਹੇ ਆ, ਵੱਡੇ ਅੰਦੋਲਨਾਂ ਦੀ ਅਗਵਾਈ ਵੀ ਕੀਤੀ ਹੈ, ਜਾਂ ਐਂ ਕਹਿ ਲਓ ਕਿ ਸੰਘਰਸ਼ ਦੇ ਜੀਵਨ ਸੰਘਰਸ਼ਮਈ ਜੀਵਨ 'ਚੋਂ ਨਿਕਲ ਰਹੇ ਹੈ ਹੁਣ ਤੱਕ ਦੇ। ਸੋ ਉਹਦੇ ਵਿੱਚ ਇਹਦੇ ਵਿੱਚ ਜੋ ਸਰਕਾਰ ਦੀ ਨੀਤੀ ਹੈਗੀ, ਜੋ ਜਿੱਦਾਂ ਸਰਕਾਰ ਚਾਹੁੰਦੀ ਸੀ ਵੀ ਕਿਵੇਂ ਨਾ ਕਿਵੇਂ ਜਿਹੜਾ ਸੰਘਰਸ਼ ਅੰਦੋਲਨ ਹੈ ਇਹਨੂੰ ਕਿਸ ਤਰ੍ਹਾਂ ਹਟਾਇਆ ਜਾਵੇ, ਜਾਂ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੂੰ ਉੱਥੋਂ ਦਿੱਲੀ ਤੋਂ ਭਜਾਇਆ ਜਾਵੇ ਕਿਸਾਨਾਂ ਨੂੰ, ਉਹਦੇ ਲਈ ਰਣਨੀਤੀ ਤਾਂ ਜ਼ਰੂਰ ਕੋਈ ਨਾ ਕੋਈ ਹੋਏਗੀ। ਇੱਦਾਂ ਚੁੱਪ ਬੈਠ ਕੇ ਤਾਂ ਸਰਨ ਵਾਲਾ ਵੀ ਨਹੀਂ। ਦੋ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਕੋਈ ਪਿੱਛੇ ਬਹੁਤ ਵੱਡੀ ਐਂ ਕਹਿ ਲਓ ਸਾਜਿਸ਼ ਕੰਮ ਕਰ ਰਹੀ ਹੈ, ਜਿਹਦੇ ਲਈ ਹਲੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਉਹ ਚੁੱਪ ਬੈਠੇ ਨੇ, ਉਹ ਦੇਖ ਰਹੇ ਨੇ ਵੀ ਇਹ ਕਦੋਂ ਉਹ ਚੀਜ਼ ਮੌਕਾ ਆਵੇ, ਜਾਂ ਉਹ ਮੌਕਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਜਿਹੜਾ ਸਰਕਾਰ ਦੇ ਉੱਤੇ ਇਲਜ਼ਾਮ ਵੀ ਨਾ ਆਵੇ ਅਤੇ ਆਪਣੇ ਮਕਸਦ ਵਿੱਚ ਜਿਹੜੀ ਉਹ ਕਾਮਯਾਬ ਵੀ ਹੋਵੇ ਸਰਕਾਰ। ਦੂਜੀ ਚੀਜ਼ ਇਹ ਹੈ ਕਿ ਜਿੱਦਾਂ ਬਹੁਤ ਸਾਰੀਆਂ ਆਪਾਂ ਜਦੋਂ ਤਕਨੀਕਾਂ ਵਰਤਦੇ ਆ ਕਿਸੇ ਚੀਜ਼ ਨੂੰ ਪਾਉਣ ਲਈ, ਹਾਸਲ ਕਰਨ ਲਈ, ਜਾਂ ਛੁਟਕਾਰਾ ਪਾਉਣ ਲਈ, ਤਾਂ ਉਹਦੇ ਵਿੱਚ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਛੱਡੋ, ਜਿਵੇਂ ਹੁੰਦਾ ਹੋਈ ਜਾਣ ਦਿਓ, ਉਹਨਾਂ ਨੂੰ ਆਪਾਂ ਧਿਆਨ ਦੇਣਾ ਬੰਦ ਕਰ ਦਿਓ, ਇਹ ਵੀ ਇੱਕ ਗੱਲ ਹੋ ਸਕਦੀ ਹੈ। ਪਰ ਇਹ ਇੱਥੇ ਇਹ ਗੱਲ ਨਹੀਂ ਵਾਜਬ ਲੱਗ ਰਹੀ, ਕਿਉਂਕਿ ਸਰਕਾਰ ਦਾ ਆਪਣਾ ਅਕਸ ਖਰਾਬ ਹੋ ਰਿਹਾ ਹੈ, ਵਰਲਡ ਵਾਈਡ ਅੰਦੋਲਨ ਦਾ ਇਕੱਠ ਵੱਧਦਾ ਜਾ ਰਿਹਾ, ਦੂਜਾ ਚੋਣਾਂ ਨੇੜੇ ਆ ਰਹੀਆਂ ਨੇ, ਦੂਜੇ ਸੂਬਿਆਂ ਦੇ ਵਿੱਚ ਵੀ ਆ ਰਹੀਆਂ ਨੇ, ਅਤੇ 2024 ਵੀ ਨੇੜੇ ਆਉਂਦੀ ਜਾ ਰਹੀ ਹੈ, ਅਤੇ ਉਹਦੇ ਲਈ ਹੋ ਸਕਦਾ ਕਿ ਜਿੱਦਾਂ ਰਾਕੇਸ਼ ਟਿਕੈਤ ਨੇ ਆਪਣਾ ਅੰਦਰਲਾ ਜਿਹੜਾ ਉਹਨਾਂ ਦੇ ਅੰਦਰ ਇੱਕ ਪਲੈਨਿੰਗ ਸੀ ਵੀ ਕਿਸੇ ਤਰ੍ਹਾਂ ਇਹ ਕੀ ਹੋ ਰਿਹਾ ਜਾਂ ਸੋਚ ਰਹੇ ਸੀਗੇ, ਤਾਂ ਉਹ ਇੱਕ ਖਾਲਸਾ ਜ਼ਾਹਰ ਕੀਤਾ, ਤਾਂ ਉਹਦੇ ਤਹਿਤ ਹੀ ਕੋਈ ਕੰਮ ਹੋ ਰਿਹਾ ਹੋਵੇ ਸਰਕਾਰ, ਕੋਈ ਬਹੁਤ ਵੱਡੀ ਸਾਜਿਸ਼ ਕਰਕੇ ਜਾਂ ਜ਼ੋਰ ਅਜਮਾਈ ਕਰਕੇ ਜਾਂ ਕਿਸੇ ਤਰੀਕੇ ਹੋਰ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਰੋਨਾ ਵੀ ਇੱਕ ਉਹਦੇ ਵਿੱਚ ਹੋ ਸਕਦਾ, ਇਹ ਕਰੋਨਾ ਦਾ ਡਰ ਪਾ ਕੇ, ਤਾਂ ਉਹਨੂੰ ਚੁਕਾਉਣ, ਧਰਨਾ ਚੁਕਾਉਣ ਦੇ ਵਿੱਚ ਜਿਹੜੀ ਹੈਗੀ ਕਾਮਯਾਬ ਹੋ ਸਕੇ, ਜਾਂ ਕਿਸੇ ਤਰੀਕੇ ਇੱਥੋਂ ਤਿੱਤਰ ਬਿੱਤਰ ਕਰਨ ਲਈ ਭੀੜ ਨੂੰ ਜਾਂ ਕਿਸਾਨਾਂ ਦੇ ਇਕੱਠ ਨੂੰ ਉਹ ਕਾਮਯਾਬ ਹਾਸਲ ਕਾਮਯਾਬੀ ਹਾਸਲ ਕਰਨਾ ਚਾਹੁੰਦੀ ਹੋਵੇ,
ਅਤੇ ਜਾਂ ਫਿਰ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਫੜੋ ਫੜੀ ਹੋਈ ਆ ਕਿਸਾਨਾਂ ਦੀ, ਉਹਨਾਂ 'ਤੇ ਬਲੇਮ ਲੱਗੇ ਨੇ, ਦੇਸ਼ ਧਰੋਹ ਦੇ ਮਾਮਲੇ ਦਰਜ ਹੋਏ ਨੇ, ਕੋਈ ਇਸ ਤਰ੍ਹਾਂ ਦਾ ਆਪਾਂ ਕਹਿ ਦਈਏ ਕਿ ਕਿਉਂਕਿ ਸਰਕਾਰ ਹੱਥ 'ਚ ਸਾਰਾ ਕੁਛ ਹੀ ਹੁੰਦਾ, ਇਹਨਾਂ ਆਗੂਆਂ ਨੂੰ ਕਿਸੇ ਤਰੀਕੇ ਸ਼ਿਕੰਜੇ ਦੇ ਵਿੱਚ ਲੈਣ ਦੀ ਯੋਜਨਾ ਹੋ ਰਹੀ ਹੋਵੇ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਸਤਰਕ ਰਹਿਣ ਲਈ ਜਿਹੜਾ ਸ਼ੁਰੂ ਦੇ ਵਿੱਚ ਕਹਿ ਰਹੇ ਹੋ ਰਕੇਸ਼ ਟਕੈਤ ਨੇ ਇਹ ਆਗਾਹ ਕੀਤਾ ਆ ਸਾਰੇ ਜਥੇਬੰਦੀਆਂ ਨੂੰ, ਕਹਿ ਤਾ ਲੋਕਾਂ ਦੇ ਵਿੱਚ ਵੀ ਗੱਲ ਪਹੁੰਚਾ ਤੀ ਹੈ ਕਿ ਕੋਈ ਨਵੀਂ ਸਾਜ਼ਿਸ਼ ਨਾ ਤਿਆਰ ਹੋ ਰਹੀ ਹੋਵੇ, ਬਚਾਓ ਰੱਖੋ ਔਰ ਸਤਰਕ ਰਹੋ। ਅਤੇ ਵੱਡੀ ਗੱਲ ਵੀ ਹੈਗੀ ਹੈ ਇਹ, ਬਚਣ ਦੇ ਵਿੱਚ ਭਲਾਈ ਵੀ ਹੈਗੀ ਹੈ, ਕਿਉਂਕਿ ਕਿਸੇ ਦਾ ਨੁਕਸਾਨ ਹੋ ਜੇ, ਲੋਕ ਲੜ ਰਹੇ ਨੇ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ, ਇਹਦੇ ਲਈ ਕੋਈ ਇੱਕ ਬੰਦਾ ਤਾਂ ਨਾ ਉਹਨੂੰ ਸਿਹਰਾ ਜਾਂਦਾ ਨਾ ਹੀ ਉਹ ਕ੍ਰੈਡਿਟ ਲੈ ਸਕਦਾ। ਠੀਕ ਹੈ, ਬਹੁਤ ਸਾਰੀਆਂ ਚੀਜ਼ਾਂ ਆਈਆਂ ਨੇ ਅੰਦੋਲਨ ਦੇ ਵਿੱਚ, ਇਹ ਨਹੀਂ ਕਹਿ ਸਕਦੇ ਕਿ ਸਰਕਾਰ ਵੱਲੋਂ ਹੀ ਭੇਜੀਆਂ ਗਈਆਂ ਨੇ। ਆਲੇ ਦੁਆਲੇ ਦੇ ਵਿੱਚ ਵੀ ਤੁਸੀਂ ਦੇਖਿਓ ਇਹਨੂੰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ, ਬਿਆਨਬਾਜ਼ੀ ਅੱਜ ਵੀ ਚੱਲ ਰਹੀ ਹੈ, ਉਹ ਲੋਕ ਬਿਆਨਬਾਜ਼ੀਆਂ ਕਰ ਰਹੇ ਨੇ ਫੇਸਬੁੱਕ 'ਤੇ ਬੈਠ ਕੇ ਜਾਂ ਯੂਟਿਊਬ 'ਤੇ ਜਾਂ ਜਿਹੜੇ ਦੂਜੀਆਂ ਹੋਰ ਸੋਸ਼ਲ ਸਾਈਟਸ ਨੇ ਜਾਂ ਸੋਸ਼ਲ ਮੀਡੀਆ ਦੇ ਸੋਰਸਿਸ ਨੇ ਜਿਹੜੇ, ਉਹਨਾਂ ਦੇ ਉੱਤੇ ਬੈਠ ਕੇ ਉਹ ਲੋਕ ਬਿਆਨਬਾਜ਼ੀ ਕਰ ਰਹੇ ਨੇ ਜਿਹੜੇ ਆਪਣੇ ਨਾਲ 10 ਬੰਦੇ ਵੀ ਲੈ ਕੇ ਕਦੇ ਉੱਥੇ ਗਏ ਨਹੀਂ ਹੋਣਗੇ, ਜਾਂ ਉਹ 10 ਬੰਦਿਆਂ ਦਾ ਇਕੱਠ ਵੀ ਨਹੀਂ ਕਰ ਸਕਦੇ, ਉਹ ਐਡੇ ਵੱਡੇ ਅੰਦੋਲਨ ਨੂੰ ਕਹਿ ਲਓ ਗਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਉਹਨੂੰ ਅਗਵਾਈ ਦੇਣ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਇਹੋ ਜਿਹੀਆਂ ਚੀਜ਼ਾਂ ਇਹ ਸਾਰੀਆਂ ਅੰਦੋਲਨ ਨੂੰ ਕਿਤੇ ਨਾ ਕਿਤੇ ਢਾਲ ਲਾਉਣ ਵਾਲੀਆਂ ਸੀਗੀਆਂ, ਪਰ ਜਥੇਬੰਦੀਆਂ ਇਹਦੇ ਵਿੱਚੋਂ ਨਿਕਲ ਕੇ ਗਈਆਂ ਨੇ ਅੱਗੇ, ਅਤੇ ਹੁਣ ਐਂ ਕਹਿ ਲਓ ਕਿ ਮਜ਼ਬੂਤੀ ਨਾਲ ਪੈਰ ਟਿਕਾਇਆ, ਅਤੇ ਰਕੇਸ਼ ਟਕੈਤ ਦੇ ਇਸ ਖਦਸ਼ੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸਾਰੇ ਲੋਕਾਂ ਨੂੰ ਜਿਹੜੇ ਉੱਥੇ ਬੈਠੇ ਨੇ ਜਾਂ ਜੋ ਸਮਰਥਕ ਨੇ ਅੰਦੋਲਨ ਦੇ ਜਾਂ ਜੋ ਅਗਵਾਈ ਕਰ ਰਹੇ ਨੇ, ਤਾਂ ਕਿ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨੁਕਸਾਨ ਨਾ ਹੋ ਸਕੇ। ਪਰ ਇਹੋ ਜਿਹੀਆਂ ਚਰਚਾਵਾਂ ਦੇ ਨਾਲ ਪਰਪੱਕਤਾ ਹੋਰ ਨਹੀਂ ਵੱਧਦੀ, ਜਿਵੇਂ ਪਹਿਲਾਂ ਸ਼ੰਕਾ ਸੀ ਕਿ ਸ਼ਾਇਦ 26 ਜਨਵਰੀ ਨੂੰ ਕੁਝ ਹੋ ਨਾ ਜਾਏ, ਲੋਕਾਂ ਦੀ ਭੀੜ ਹੋਰ ਉੱਥੇ ਇਕੱਠੀ ਹੋਈ, ਲੋਕਾਂ 'ਚ ਹੋਰ ਜੋਸ਼ ਆਇਆ ਕਿ ਅਸੀਂ ਸਰਕਾਰ ਦੇ ਹਰ ਜਬਰ ਦੇ ਨਾਲ ਟੱਕਰ ਲੈਣ ਦੇ ਲਈ ਤਿਆਰ ਹਾਂ। ਜੇ ਇਹੋ ਜਿਹੀ ਖਬਰ ਜੇ ਸਰਕਾਰ ਲੱਗਦਾ ਕਿ ਅਗਲੇ ਸਮੇਂ 'ਚ ਕੋਈ ਵੱਡੀ ਸਾਜ਼ਿਸ਼ ਕੋਈ ਨਵੀਂ ਪਲੈਨਿੰਗ ਅੰਦਰ ਖਾਤੇ ਚੱਲ ਰਹੀ ਹੈ, ਲੋਕਾਂ 'ਚ ਹੋਰ ਜੋਸ਼ ਆਏਗਾ, ਭਾਵੇਂ ਸੁਚੇਤ ਰਹਿਣ ਦੀ ਲੋੜ ਹੈ। ਪਰ ਜਿਵੇਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਉੱਥੇ ਲਾਮਬੰਦੀ ਵਧਾਉਣੀ ਚਾਹੀਦੀ ਹੈ, ਸਾਨੂੰ ਉੱਥੇ ਪਹੁੰਚਣਾ ਚਾਹੀਦਾ, ਬਾਰਡਰਾਂ ਦੇ ਉੱਤੇ ਵੱਡਾ ਇਕੱਠ ਜਿਹੜਾ ਹਰ ਵੇਲੇ ਰੱਖਣਾ ਪੈਣਾ ਆ, ਤਾਂ ਕਿ ਸਰਕਾਰ ਨੂੰ ਇਸ ਗੱਲ ਦੇ ਡਰ ਰਹੇ ਕਿ ਸਾਡੀ ਜਿਹੜੀ ਕੁਰਸੀ ਜਿਹੜੀ ਉਹ ਖੁੱਸਦੀ ਜਾ ਰਹੀ ਹੈ। ਸੁਖਵਿੰਦਰ ਜੀ, ਗੱਲ ਤਾਂ ਇਹ ਹੈ ਨਾ ਪੱਕੀ ਵੀ ਜਿਹੜਾ ਉੱਥੇ ਇਕੱਠ ਹੋਇਆ ਉਹ ਬਿਨਾਂ ਜੋਸ਼ ਦੇ ਜਾਂ ਬਿਨਾਂ ਜਜ਼ਬੇ ਤੋਂ ਤਾਂ ਹੋਇਆ ਨਹੀਂ ਗਾ, ਅਤੇ ਉਹ ਉਹਦੇ ਵਿੱਚ ਹੁਣ ਹੋਰ ਜਜ਼ਬਾ ਤਾਂ ਸਰਕਾਰ ਆਪਣੇ ਆਪ ਭਰੀ ਗਈ ਹੈ ਹੁਣ ਤੱਕ ਭਰਦੀ ਰਹੀ ਹੈ, ਸੜਕਾਂ ਪੱਟਣ ਤੋਂ ਲੈ ਕੇ ਡਾਂਗਾ ਸੋਟੇ ਚਲਾਉਣ, ਗੋਲੀ ਚਲਾਉਣ ਜਾਂ ਹੋਰ ਜੋ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਸਾਰੀਆਂ ਜਜ਼ਬਾ ਭਰਦਾ ਹੀ ਗਿਆ ਨਾ, ਉਹ ਤਾਂ ਹੋਰ ਪਰਪੱਕ ਹੋਏ ਪਏ ਨੇ ਹੁਣ। ਉਹ ਤਾਂ ਹੁਣ ਟਾਕਰੇ ਦੇ ਲਈ ਦੱਸਿਆ ਗਿਆ ਕਿ ਜਿਹੜਾ ਬਿਆਨ ਆਇਆ ਟਕੈਤ ਦਾ, ਇਹਦਾ ਸਿਰਫ ਇਹੀ ਹੈ ਕਿ ਟਾਕਰਾ ਕਰਨ ਲਈ ਸੁਚੇਤ ਹੋ ਜਾਓ, ਕੋਈ ਵੀ ਪਲੈਨਿੰਗ ਹੋ ਸਕਦੀ ਹੈ, ਪਹਿਲਾਂ ਅਗਾਊਂ ਸੁਚੇਤ ਕੀਤਾ ਗਿਆ, ਅਤੇ ਉਹਦੇ ਲਈ ਠੀਕ ਹੈ। ਉਹ ਜਿਹੜੇ ਉੱਥੇ ਬੱਚਿਆਂ ਨੂੰ ਲੈ ਕੇ ਬੈਠੇ ਨੇ, ਪਰਿਵਾਰ ਲੈ ਕੇ ਬੈਠੇ ਨੇ, ਉਹਨਾਂ 'ਚ ਜਜ਼ਬਾ ਹੈ, ਜੋਸ਼ ਤਾਂ ਹੈ, ਇੱਕ ਜਿਹੜੀ ਆਪਾਂ ਕਹਿ ਲਓ ਕਿ ਪਲੈਨਿੰਗ ਹੁੰਦੀ ਹੈ ਨਾ ਅੱਗੇ ਜਾ ਕੇ ਵੀ ਕੀ ਹੋਣਾ ਹੈ ਕੀ ਨਹੀਂ ਹੋਣਾ, ਸਰਕਾਰ ਕੀ ਕਰ ਸਕਦੀ ਹੈ, ਉਹ ਸਾਰਾ ਇਹਨਾਂ ਜਥੇਬੰਦੀਆਂ ਦੇ ਆਗੂਆਂ ਦਾ ਕੰਮ ਹੈ। ਸੋ ਸਮੇਂ ਸਮੇਂ 'ਤੇ ਸੁਚੇਤ ਕਰਦੇ ਵੀ ਰਹਿੰਦੇ ਨੇ, ਜਿਵੇਂ ਨਵੀਂ ਆਪਣੀ ਰਣਨੀਤੀ ਦਿੰਦੇ ਨੇ, ਇੱਦਾਂ ਸਰਕਾਰ ਪੱਖੋਂ ਕੀ ਆਊਗਾ ਹੁਣ, ਠੀਕ ਹੈ, ਉਹਦੇ ਬਾਰੇ ਵੀ ਦੱਸਦੇ ਰਹਿੰਦੇ ਨੇ, ਹਾਲਾਂਕਿ ਸਰਕਾਰ ਦੇ ਮਨ ਦਾ ਕਿਸੇ ਨੂੰ ਪਤਾ ਨਹੀਂ ਉਹ ਕੀ ਕਰਨ ਜਾ ਰਹੀ ਹੈ, ਲੇਕਿਨ ਆਪਣੇ ਬਚਾਅ ਦੇ ਲਈ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਉੱਥੇ ਸੰਗਤ ਬੈਠੀ ਹੈ, ਬੀਬੀਆਂ ਬੱਚੇ ਬਜ਼ੁਰਗ ਭਾਈ ਬੈਠੇ ਨੇ ਉੱਥੇ, ਸਾਰੇ ਬੈਠੇ ਨੇ, ਤਾਂ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ, ਜਾਂ ਜਥੇਬੰਦੀਆਂ ਦੇ ਆਗੂਆਂ ਨੂੰ ਕੋਈ ਨੁਕਸਾਨ ਨਾ, ਜਾਨੀ ਮਾਲੀ ਦਾ ਨੁਕਸਾਨ ਨਾ ਹੋ ਜੇ, ਜਾਂ ਉੱਦਾਂ ਹੀ ਕਿਸੇ ਲਿਆ ਕੇ ਫੋਰਸ ਚੜ੍ਹਾ ਕੇ ਕਿਤੇ ਉਹ ਨਾ ਕਰ ਦੇਣ, ਇੱਦਾਂ ਦੀਆਂ ਗੱਲਾਂ ਮਨ 'ਚ ਆਉਂਦੀਆਂ ਨੇ, ਭਾਵੇਂ ਸਰਕਾਰ ਕਰੇ ਨਾ ਕਰੇ ਉਹ ਵੱਖਰੀ ਗੱਲ ਹੈ, ਪਰ ਉਹ ਨੁਕਸਾਨ ਤੋਂ ਬਚਾਅ ਦੇ ਲਈ ਅਗਾਊਂ ਸੁਚੇਤ ਹੀ ਕੀਤਾ ਗਿਆ, ਔਰ ਵਧੀਆ ਗੱਲ ਹੈ ਕਿ ਸੁਚੇਤ ਕੀਤਾ ਗਿਆ, ਸਤਰਕ ਰਹਿਣ ਦੀ ਲੋੜ ਵੀ ਹੈਗੀ। ਬਿਲਕੁਲ ਯਕੀਨਨ ਤੌਰ 'ਤੇ ਕਿਹਾ ਜਾ ਸਕਦਾ ਕਿ ਬੀਜੇਪੀ ਸਰਕਾਰ ਜਿਹੜੀ ਹੈ ਉਹ ਅੰਦਰੋਂ ਤਾਂ ਟੁੱਟੀ ਹੋਈ ਹੈ, ਪਰ ਹੌਲੀ ਹੌਲੀ ਜਿਹੜਾ ਆ ਉਹ ਆਪਣੇ ਪੈਂਤੜੇ ਬਦਲਦੀ ਹੈ, ਹੌਲੀ ਹੌਲੀ ਨਵਾਂ ਜਿਹੜਾ ਉਹ ਕੋਈ ਨਾ ਕੋਈ ਵਿਵਾਦ ਜਿਹੜਾ ਖੜ੍ਹਾ ਹੁੰਦਾ ਨੌਜਵਾਨਾਂ ਅਤੇ ਕਿਸਾਨਾਂ ਦੇ ਵਿਚਾਲੇ, ਉਹਨੂੰ ਕਿੱਦਾਂ ਦੇਖਦੇ ਹੋ? ਦੀਪ ਸਿੱਧੂ ਦਾ ਅੱਜ ਤੱਕ ਜਿਹੜੀ ਚਰਚਾ ਉਹ ਚੱਲ ਰਹੀ ਹੈ ਕਿ ਦੀਪ ਸਿੱਧੂ ਨੂੰ ਹੁਣ ਦਿੱਲੀ ਸਿਕੁਰਦਾਰ ਪ੍ਰਬੰਧਕ ਕਮੇਟੀ ਕਹਿੰਦੀ ਅਸੀਂ ਬਾਹਰ ਲਿਆਉਣ ਦੇ ਲਈ ਚਾਰਾਜੋਈ ਕਰਨੀ ਹੈ, ਕਿਸਾਨ ਆਗੂ ਤਾਂ ਪਹਿਲਾਂ ਹੀ ਉਹ ਤੋਂ ਪੱਲਾ ਝਾੜ ਚੁੱਕੇ ਨੇ, ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਉਹ ਬਿਰਤਾਂਤ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਹੜਾ ਦੀਪ ਸਿੱਧੂ ਤੋਂ ਸ਼ੁਰੂ ਹੋਇਆ ਸੀ। ਦੇਖੋ, ਦੀਪ ਸਿੱਧੂ ਦਾ ਮਾਮਲਾ ਵੈਸੇ ਤਾਂ ਉੱਦਾਂ ਜੋ ਗੱਲ ਹੋਈ ਆ ਠੀਕ ਹੈ, ਉਹਨਾਂ ਨੇ ਜੋ ਭੀੜ ਦੇ ਨਾਲ ਰਲ ਕੇ ਜਾਂ ਉਹਦੇ ਆਪਣੇ ਸਮਰਥਕਾਂ ਦੇ ਜਾਂ ਸਾਜ਼ਿਸ਼ਕਰਤਾਵਾਂ ਦੇ ਨਾਲ ਰਲ ਗਿਆ ਜਾਂ ਕਿਸੇ ਤਰੀਕੇ ਨਾਲ ਵੀ ਹੋ ਗਿਆ ਉੱਥੇ ਪਹੁੰਚਿਆ, ਉਹ ਗਲਤ ਸਾਬਤ ਹੋਇਆ, ਲੋਕਾਂ ਨੇ ਵੀ ਗਲਤ ਸਾਬਤ ਉਹਨੂੰ ਕੀਤਾ, ਜਥੇਬੰਦੀਆਂ ਨੇ ਵੀ ਕੀਤਾ,
ਜਿਹੜੇ ਉਹਦੇ ਸਮਰਥਕ ਨੇ ਜਾਂ ਯੂਥ ਉਹਦੇ ਨਾਲ ਜੁੜਿਆ ਉਹਨੂੰ ਵਧੀਆ ਕਹਿੰਦੇ ਆ। ਚਲੋ ਠੀਕ ਹੈ, ਜੋ ਉਹਨੇ ਕੀਤਾ ਸਾਡਾ ਤਾਂ ਆਪਣਾ ਤਾਂ ਸਿਰਫ ਅਤੇ ਸਿਰਫ ਮਕਸਦ ਇੱਕ, ਆਪਾਂ ਸ਼ੁਰੂ ਤੋਂ ਗੱਲ ਕਰਦੇ ਰਹੇ ਹਾਂ ਕਿ ਕਾਨੂੰਨ ਰੱਦ ਕਰਾਉਣ ਤੱਕ ਆ। ਉਹਨੂੰ ਰੱਦ ਕਰਾਉਣ ਲਈ ਕੋਈ ਕੀ ਕਰਦਾ ਉਹ ਮੇਰੇ ਖਿਆਲ ਨਾਲ ਆਪਣੀ ਥਾਂ 'ਤੇ ਠੀਕ ਹੋਏਗਾ। ਠੀਕ ਹੈ, ਜੇ ਕਾਨੂੰਨ ਤੋੜਦਾ ਤਾਂ ਉਹਨੂੰ ਲੱਗਿਆ ਹੋਊਗਾ ਕਿ ਮੈਂ ਕਾਨੂੰਨ ਤੋੜ ਕੇ ਇਹਨੂੰ ਰੱਦ ਕਰਾਵਾਂ। ਗੱਲ ਸਿਰਫ ਇੰਨੀ ਕਿ ਉਸ ਚੀਜ਼ ਦਾ ਜਿਹੜੀ ਉਹ ਚੀਜ਼ ਕਾਨੂੰਨ ਰੱਦ ਕਰਾਉਣ ਲਈ ਵਰਤ ਰਿਹਾ ਕਰ ਰਿਹਾ ਜਾਂ ਜੋ ਕਾਰਵਾਈ ਕਰ ਰਿਹਾ ਉਹਦਾ ਅੰਦੋਲਨ 'ਤੇ ਅਸਰ ਨਾ ਪਵੇ ਮਾੜਾ, ਉਸ ਤੋਂ ਬਚਾ ਲਈ ਆ। ਚਲੋ ਇਹ ਵੱਖਰੀ ਗੱਲ ਹੈ। ਹੁਣ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਉਹ ਆਪਣੇ ਆਪ ਹੁਣ ਪੱਲਾ ਛਡਾ ਚੁੱਕਿਆ, ਕਿਉਂਕਿ ਜਿਹੜੇ ਸਮਰਥਕ ਸੀਗੇ ਦੀਪ ਸਿੱਧੂ ਦੇ ਉਹ ਗੱਲ ਕਰਦੇ ਸੀਗੇ ਖਾਲਸਾ ਜੀ ਝੰਡਾ ਜੇ ਉੱਥੇ ਨਿਸ਼ਾਨ ਸਾਹਿਬ ਝੁਲਾ ਤਾ ਕੀ ਮਾੜਾ ਕਹਿਤਾ, ਜੇ ਦੀਪ ਸਿੱਧੂ ਉੱਥੇ ਇੱਦਾਂ ਚਲਾ ਗਿਆ ਜਾਂ ਉੱਦਾਂ ਚਲਾ ਗਿਆ, ਉਹਦੇ ਸਮਰਥਕ ਸੀਗੇ ਜਾਂ ਉਹਨੂੰ ਬਹੁਤ ਸਾਰੀ ਸਪੋਰਟ ਮਿਲੀ, ਉਸ ਚੀਜ਼ ਤੋਂ ਉਹਨੇ ਆਪਣੇ ਆਪ ਹੀ ਕਿਨਾਰਾ ਕਰ ਲਿਆ। ਠੀਕ ਹੈ, ਉਹ ਕਹਿੰਦਾ ਵੀ ਮੈਂ ਉੱਥੇ ਹੈ ਹੀ ਨਹੀਂ ਸੀ, ਮੈਂ ਤਾਂ ਬਾਅਦ 'ਚ ਗਿਆ, ਮੇਰੀ ਲੋਕੇਸ਼ਨ ਦੇਖ ਲਓ ਮੋਬਾਈਲ ਦੀ, ਮੇਰੀ ਗੱਡੀ ਦਾ ਉਹ ਸਿਸਟਮ GPS ਸਿਸਟਮ ਹੁੰਦਾ ਜਿਹੜਾ ਉਹ ਦੇਖ ਲਓ, ਅਤੇ ਮੈਂ ਤਾਂ ਉੱਥੇ ਜਾ ਕੇ ਦੱਸ ਰਿਹਾ ਸੀ ਭੀੜ ਨੂੰ, ਭੀੜ ਇਹ ਦੱਸਦਾ ਕਿ ਉਹਨੂੰ ਦੱਸ ਰਿਹਾ ਸੀ ਪੁਲਿਸ 'ਤੇ ਹਮਲਾ ਨਾ ਕਰੋ, ਯਾਨੀ ਕਿ ਉਹ ਕਹਿੰਦਾ ਵੀ ਮੈਂ ਬੇਕਸੂਰ ਹਾਂ, ਮੈਂ ਇਹੋ ਜਿਹਾ ਕੰਮ ਨਹੀਂ ਕੀਤਾ। ਤਾਂ ਉਹ ਚੀਜ਼ ਤਾਂ ਹੁਣ ਵੱਖਰੀ ਹੋ ਗਈ, ਜਿਹੜੇ ਉਹ ਖਾਲਸਾ ਹੀ ਨਿਸ਼ਾਨ ਦੀ ਗੱਲ ਕਰਦੇ ਸੀਗੇ ਜਾਂ ਇੱਦਾਂ ਉਹ ਕਹਿੰਦੇ ਸੀਗੇ ਦੀਪ ਸਿੱਧੂ ਨੇ ਕੀ ਮਾੜਾ ਕਰਤਾ, ਤਾਂ ਉਹ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਬਾਹਰ ਕੱਢ ਗਿਆ। ਜਿਹਨੇ ਝੁਲਾਇਆ ਹੋਊਗਾ ਉਹਦੇ 'ਤੇ ਵੀ ਗਾਜ ਡਿੱਗ ਗਈ ਆ। ਠੀਕ ਹੈ, ਦੀਪ ਸਿੱਧੂ ਦੇ ਵਿੱਚ ਰਗੜਿਆ ਗਿਆ, ਉਹ ਵੀ ਰਗੜਿਆ ਗਿਆ ਕਿਉਂਕਿ ਉਹ ਆਪਣੇ ਆਪ ਨੂੰ ਬੇਕਸੂਰ ਕਹਿ ਰਿਹਾ। ਹੁਣ ਰਹੀ ਜਥੇਬੰਦੀਆਂ ਦੀ ਗੱਲ ਜਾਂ ਇਹਦੇ 'ਤੇ ਪੋਲੀਟਿਕਸ ਕਿਵੇਂ ਹੋ ਰਹੀ ਹੈ ਉਹ ਆ ਗਈ ਗੱਲ। ਹੁਣ ਉਹਦਾ ਸਹਾਰਾ ਲੈ ਕੇ ਮਨਜਿੰਦਰ ਸਿਰਸਾ ਜਾਂ ਹੋਰ ਕੋਈ ਬੰਦਾ ਵੀ ਉਹਨੂੰ ਬਾਹਰ ਲਿਆਵਾਂਗੇ। ਉਹਨਾਂ ਨੇ ਦੇਖਿਆ ਵੀ ਇਹ ਇੱਧਰਲਾ ਇੱਕ ਪਾਸੇ ਵਾਲਾ ਫੈਸਲਾ ਹੋ ਰਿਹਾ ਵੀ ਇਹਦੇ ਨਾਲ ਇਹ ਸਮਰਥਕ ਜੁੜ ਰਹੇ ਆ ਜਿਹੜੇ ਕਿਸੇ ਇੱਕ ਪਰਟੀਕੁਲਰ ਕਹਿ ਸਕਦੇ ਹਾਂ ਆਪਾਂ ਕਿਸੇ ਜਥੇਬੰਦੀ ਧਰਮ ਜਾਂ ਕੌਮ ਜਾਂ ਕਿਸੇ ਜਾਤ ਨਾਲ ਸੰਬੰਧਿਤ ਲੋਕ ਹੈਗੇ ਨੇ, ਇੱਧਰ ਜੁੜੇ ਹੋਏ ਨੇ, ਯੁਵਾ ਵੀ ਜੁੜੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਨੌਜਵਾਨ ਕਹਿੰਦੇ ਹਾਂ ਵਰਗ, ਉਹ ਵੀ ਜੁੜੇ ਹੋਏ ਨੇ ਉੱਥੋਂ ਕਿਤੇ ਨਾ ਕਿਤੋਂ ਕਿਸੇ ਪਾਸਿਓਂ ਫਾਇਦਾ ਲੈਣ ਦੇ ਲਈ ਵੀ ਦੀਪ ਸਿੱਧੂ ਵਾਲਾ ਫਾਇਦਾ ਵੀ ਲੈ ਲਓ ਵੋਟਾਂ ਵਾਲਾ, ਉਹ ਸਾਰੀਆਂ ਬਿਆਨੇਬਾਜ਼ੀਆਂ ਹੁੰਦੀਆਂ ਨੇ। ਅਦਰਵਾਈਜ਼ ਜਿਹੜੇ ਬਾਕੀ ਮੁੰਡੇ ਫੜੇ ਗਏ ਨੇ ਬੱਚੇ ਪੰਜਾਬ ਦੇ ਨੇ ਜਾਂ ਹਰਿਆਣਾ ਦੇ ਨੇ ਜਾਂ ਕੋਈ ਵੀ ਨੇ ਨੌਜਵਾਨ ਜਾਂ ਕਿਸਾਨ ਆਗੂਆਂ 'ਤੇ ਕੋਈ ਨੋਟਿਸ ਆਇਆ ਜਾਂ ਉਹਨਾਂ ਨੂੰ ਅਰੈਸਟ ਦਾ ਵਾਰੰਟ ਨਿਕਲਿਆ ਜਾਂ ਕੁਛ ਹੋਰ ਹੋਇਆ, ਕੋਈ ਵੀ ਬੰਦਾ ਜਿਹਦੇ 'ਤੇ ਕਾਨੂੰਨੀ ਕਾਰਵਾਈ ਹੋ ਰਹੀ ਹੈ ਕਿ ਅੰਦੋਲਨ ਦਾ ਪਾਰਟ ਰਹੇ ਨੇ ਕਿਸੇ ਨਾ ਕਿਸੇ ਤਰੀਕੇ, ਉਹਨਾਂ ਸਾਰਿਆਂ ਵਾਸਤੇ ਹੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਕਿਸੇ ਇੱਕ ਲਈ ਕਿਉਂ, ਇਕੱਲੇ ਦੀਪ ਸਿੱਧੂ ਲਈ ਕਿਉਂ ਬਿਆਨ ਆ ਰਿਹਾ ਹੈ, ਬਾਕੀ ਮਾਵਾਂ ਦੇ ਪੁੱਤ ਨਹੀਂ ਹੈਗੇ, ਸਾਰਿਆਂ ਲਈ ਸਾਂਝਾ ਬਿਆਨ ਜਾਰੀ ਕਰੋ ਨਾ, ਇੱਕ ਬੰਦੇ ਦਾ ਨਾਂ ਲੈ ਕੇ ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਨਾ ਕਰੋ। ਜਿੰਨੇ ਵੀ ਬੰਦੇ ਨੇ, ਚਾਹੇ ਉਹ ਕਿਸਾਨ ਆਗੂ ਨੇ, ਚਾਹੇ ਕਿਸਾਨ ਨਹੀਂ ਅੰਦੋਲਨ ਦੇ ਵਿੱਚ ਸ਼ਾਮਿਲ ਸੀ, ਆਮ ਲੋਕ ਜਿਹੜੇ ਬੈਠੇ ਨੇ ਰੀੜ੍ਹ ਦੀ ਹੱਡੀ ਬਣ ਕੇ ਅੰਦੋਲਨ ਦੀ, ਚਾਹੇ ਦੀਪ ਸਿੱਧੂ ਦੇ ਸਮਰਥਕ ਸੀਗੇ ਚਾਹੇ ਨਹੀਂ ਸੀਗੇ, ਚਾਹੇ ਖੁਦ ਦੀਪ ਸਿੱਧੂ ਹੈ, ਚਾਹੇ ਲੱਖਾ ਸਿਧਾਣਾ, ਚਾਹੇ ਕੋਈ ਹੋਰ ਹੈ, ਕੋਈ ਵੀ ਆ, ਉਹ ਸਾਰੇ ਹੀ ਹੈ ਤਾਂ ਪੰਜਾਬ ਦੇ, ਹਰਿਆਣੇ ਦੇ ਪੁੱਤ ਨੇ, ਮਾਵਾਂ ਦੇ ਪੁੱਤ ਨੇ, ਭਰਾ ਭੈਣਾਂ ਦੇ ਭਰਾ ਨੇ ਸਾਰੇ, ਅਤੇ ਉਹ ਲੜਨ ਤਾਂ ਉੱਥੇ ਅੰਦੋਲਨ ਕਰਕੇ ਗਏ ਨੇ, ਸਭ ਦੇ ਲਈ ਬਿਆਨ ਜਾਰੀ ਕਰੋ ਨਾ, ਸਾਰਿਆਂ ਨੂੰ ਬਚਾਓ ਨਾ, ਸਾਰਿਆਂ ਦੀ ਕਾਨੂੰਨੀ ਕਾਰਵਾਈ ਆਪਣੇ ਹੱਥਾਂ 'ਚ ਲਓ, ਆਪ ਖਰਚੇ ਕਰੋ। ਇਸ ਕਰਕੇ ਇਹ ਗੱਲ ਇੱਦਾਂ ਇਕੱਲੇ ਦਾ ਬਿਆਨ ਨਾ ਲੈ ਕੇ ਬਿਆਨ ਦੇਣਾ ਹੈਗਾ, ਕਿਤੇ ਨਾ ਕਿਤੇ ਇਹਦੇ 'ਚ ਰਾਜਨੀਤੀ ਝਲਕਦੀ ਆ। ਆਓ ਸਾਰੇ ਇਕੱਠੇ ਹੋ ਕੇ ਲੜ ਰਹੇ ਨੇ, ਤੁਸੀਂ ਵੀ ਨਾਲ ਇਕੱਠ 'ਚ ਰਲੋ, ਤੁਸੀਂ ਵੀ ਸਾਰੇ ਇਕੱਠੇ ਹੋ ਕੇ ਲੜੋ, ਇੱਕ ਪੱਖ ਕੋਈ ਸਾਂਭੇ, ਦੂਜਾ ਪੱਖ ਕੋਈ ਸਾਂਭੇ, ਕੋਈ ਰਾਸ਼ਨ ਦਾ ਸਾਂਭਦਾ ਹੈ, ਕੋਈ ਇਕੱਠ ਕਰਨ ਦਾ ਸਾਂਭਦਾ ਹੈ, ਕੋਈ ਲੀਗਲ ਲੜਾਈ ਲੜਨ ਦਾ ਸਾਂਭਦਾ ਹੈ, ਕੋਈ ਨਾਅਰੇਬਾਜ਼ੀ ਕਰਨ ਦਾ ਸਾਂਭਦਾ ਹੈ, ਕੋਈ ਝੰਡੇ ਲੈ ਕੇ ਜਾ ਰਿਹਾ। ਠੀਕ ਹੈ, ਮਤਲਬ ਜੋ ਵੀ ਹੈਗਾ ਉਹ ਕਿਸੇ ਇੱਕ ਦੇ ਨਾਂ 'ਤੇ ਨਾ ਲੜੋ, ਅੰਦੋਲਨ ਕਿਸੇ ਇੱਕ ਦੇ ਨਾਂ 'ਤੇ ਨਹੀਂ ਲੜਿਆ ਜਾ ਰਿਹਾ। ਇਸ ਲਈ ਜ਼ਰੂਰੀ ਤਾਂ ਇਹੀ ਹੈ ਕਿ ਸਭ ਦੇ ਲਈ ਕੰਮ ਕਰੋ, ਸ਼ਾਬਾਸ਼ ਹੈ ਤੁਹਾਡੇ, ਤੁਹਾਡੇ ਕੋਲ ਬਜਟ ਹੈ, ਤੁਹਾਡੇ ਕੋਲ ਹਿੰਮਤ ਹੈ, ਤੁਹਾਡੇ ਕੋਲ ਪਾਵਰ ਆ, ਤੁਹਾਡੇ ਕੋਲ ਵਕੀਲਾਂ ਦੇ ਉਹ ਨੇ ਸਮੂਹ ਨੇ ਵੱਡੇ, ਤਾਂ ਉਹ ਸਾਰਿਆਂ ਨੂੰ ਵਰਤੋ ਉੱਥੇ ਲਿਜਾ ਕੇ ਕੋਰਟ ਦੇ ਵਿੱਚ, ਸਾਰਿਆਂ ਲਈ ਬਚਾਅ ਪੱਖ ਦੇ ਵਕੀਲ ਖੜੇ ਕਰੋ, ਜ਼ਮਾਨਤ ਕਰਾਓ, ਘਰੋ ਘਰ ਹੀ ਭੇਜੋ। ਚਾਹੀਦਾ ਤਾਂ ਇਹ ਹੈ, ਜਿਹੜਾ ਜਿੰਨੇ ਵੀ ਨੌਜਵਾਨ ਗ੍ਰਿਫਤਾਰ ਹੋਏ ਨੇ ਸਾਰੇ ਇਸ ਵੇਲੇ ਕਿਸਾਨੀ ਅੰਦੋਲਨ ਦੇ ਹੀਰੋ ਨੇ, ਜਿਨ੍ਹਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਤਸ਼ੱਦਦ ਦਾ ਜਾਂ ਮਾਨਸਿਕ ਪਰੇਸ਼ਾਨੀ ਦਾ ਹਰੇਕ ਦਾ ਸਾਹਮਣਾ ਕਰਨਾ ਪੈ ਰਿਹਾ। ਨੌਦੀਪ ਕੌਰ ਦੀ ਗ੍ਰਿਫਤਾਰੀ ਹੋਈ, ਉਹਨੂੰ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਆਵਾਜ਼ ਚੁੱਕੀ ਗਈ, ਵੁਮੈਨ ਕਮਿਸ਼ਨ ਜਾ ਕੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ, ਹਰਿਆਣਾ ਸਰਕਾਰ ਨਾਲ ਗੱਲਾਂ ਬਾਤਾਂ ਹੋਈਆਂ, ਆਮ ਆਦਮੀ ਪਾਰਟੀ ਗਈ ਜੇਲ੍ਹ ਤੱਕ ਮਿਲਣ ਤੱਕ, ਸਾਰੇ ਨੌਜਵਾਨ ਬਰਾਬਰ ਨੇ,
ਭਾਵੇਂ ਉਹ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਭਾਵੇਂ ਨੌਜਵਾਨਾਂ ਨੂੰ ਕੀਤਾ, ਸਾਰਿਆਂ ਦੀ ਚਾਰਾਜੋਈ ਜਿਹੜੀ ਹੈ, ਪੈਰਵਾਈ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ। ਕਿਸੇ ਇੱਕ ਨੂੰ ਹਾਈਲਾਈਟ ਕਰਨ ਦੀ ਵੈਸੇ ਇਸ ਦੇ ਵਿੱਚ ਜ਼ਰੂਰਤ ਨਹੀਂ, ਮਸਲਾ ਕਿਉਂਕਿ ਖੇਤੀ ਕਾਨੂੰਨਾਂ ਦਾ। ਇੱਕ ਹੋਰ ਗੱਲ ਕਿ ਕਿਸਾਨਾਂ ਨੇ ਕਰੋਨਾ ਵਾਇਰਸ ਨੂੰ ਲੈ ਕੇ ਵੀ ਵੱਡੀ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਕੋਈ ਟੀਕਾਕਰਨ ਮੁਹਿੰਮ 'ਚ ਸ਼ਾਮਿਲ ਨਹੀਂ ਹੋਣਾ, ਅਸੀਂ ਕੋਈ ਟੀਕਾ ਨਹੀਂ ਲਗਵਾਉਣਾ, ਭਾਵੇਂ ਪ੍ਰਧਾਨ ਮੰਤਰੀ ਸਾਹਿਬ ਫੋਟੋ ਖਿਚਾ ਕੇ ਬਹਿ ਗਏ, ਭਾਵੇਂ ਇੱਧਰ ਪੰਜਾਬ ਦੇ ਵਿੱਚ ਹੋਰ ਲੀਡਰਸ਼ਿਪ ਜਿਹੜੀ ਹੈ ਮੰਤਰੀਗਣ ਉਹ ਵੀ ਲਵਾ ਰਹੇ ਨੇ ਟੀਕੇ, ਪਰ ਕਿਸਾਨ ਇਸ ਤੋਂ ਕਿਨਾਰਾ ਕਰ ਰਹੇ ਨੇ। ਉਦੋਂ ਵੀ ਕਿਸਾਨਾਂ ਨੇ ਜਦੋਂ ਪੰਜਾਬ ਦੇ ਵਿੱਚ ਜਿਹੜਾ ਵੱਡੇ ਪੱਧਰ ਉੱਤੇ ਚਰਚਾ ਚੱਲ ਰਹੀ ਸੀ ਕਿ ਕਰੋਨਾ ਵਾਇਰਸ ਹੈ, ਉਦੋਂ ਵੀ ਕਿਸਾਨਾਂ ਨੇ ਬਾਹਰ ਆ ਕੇ ਇਸ ਚੀਜ਼ ਦਾ ਜਿਹੜਾ ਖੁਲਾਸਾ ਕੀਤਾ ਸੀ ਕਿ ਅਸੀਂ ਅੰਦੋਲਨ ਇਸੇ ਤਰ੍ਹਾਂ ਚੱਲੇਗਾ ਸਾਡਾ, ਅਸੀਂ ਸਰਕਾਰ ਦੀ ਨਹੀਂ ਮੰਨਦੇ। ਪਰ ਹੁਣ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕਿਸਾਨ ਆਗੂ ਰਾਜੇਵਾਲ ਦਾ ਬਿਆਨ ਛਪਿਆ ਕਿ ਅਸੀਂ ਕਰੋਨਾ ਜਾਂ ਜਿਹੜਾ ਟੀਕਾ ਨਹੀਂ ਲਵਾਵਾਂਗੇ। ਉਹ ਕਹਿੰਦਾ ਮੈਂ 75 ਸਾਲ ਦਾ ਅਤੇ ਮੈਨੂੰ ਕਿਸਾਨਾਂ ਦੇ ਅੰਦੋਲਨ ਨੇ, ਕਿਸਾਨਾਂ ਨੇ ਕਹਿੰਦੇ ਕਰੋਨਾ ਹਰਾਤਾ, ਉਹਨਾਂ ਦਾ ਬਿਆਨ ਹੈ ਰਾਜੇਵਾਲ ਦਾ। ਪਰ ਉਹ ਇੱਕ ਗੱਲ ਹੋਰ ਕਰਦੇ ਨੇ ਕਿ ਜੇ ਕੋਈ ਵਿਅਕਤੀਗਤ ਤੌਰ 'ਤੇ ਆਪਣਾ ਕੋਈ ਇੰਜੈਕਸ਼ਨ ਲੈਣਾ ਚਾਹੁੰਦਾ ਇੱਦਾਂ ਦਾ ਤਾਂ ਲੈ ਸਕਦਾ, ਅਸੀਂ ਕਿਸੇ ਨੂੰ ਇਹ ਨਹੀਂ ਕਹਾਂਗੇ ਤੂੰ ਟੀਕਾ ਨਾ ਲਵਾ। ਅਸੀਂ ਖੁਦ ਨਹੀਂ ਲਵਾ ਰਹੇ ਤਾਂ ਸਾਡਾ ਇਹ ਨਿੱਜੀ ਮਾਮਲਾ ਹੈ, ਅਸੀਂ ਲਵਾ ਨਹੀਂ ਰਹੇ। ਪਰ ਅਸੀਂ ਇਹ ਨਹੀਂ ਕਹਾਂਗੇ ਕਿਸੇ ਨੂੰ ਵੀ ਤੂੰ ਨਾ ਲਵਾ। ਜੇ ਕੋਈ ਲਵਾਉਂਦਾ ਵਿਅਕਤੀਗਤ ਤੌਰ 'ਤੇ ਆਪਣਾ ਜਾ ਕੇ ਲਵਾ ਸਕਦਾ, ਅਸੀਂ ਕਿਸੇ ਨੂੰ ਰੋਕਾਂਗੇ ਨਹੀਂ, ਪਰ ਅਸੀਂ ਨਹੀਂ ਲਵਾਵਾਂਗੇ। ਇੱਕ ਹੋਰ ਆਗੂ ਹੈ ਕੁਲਵੰਤ ਸਿੰਘ ਸੰਧੂ, ਉਹਨੇ ਵੀ ਇਹੀ ਗੱਲ ਕੀਤੀ ਹੈ ਕਿ ਅਸੀਂ ਕਰੋਨਾ ਹਰਾਤਾ, ਅਸੀਂ ਨਹੀਂ ਲਾਵਾਂਗੇ ਟੀਕਾ ਨਹੀਂ ਲਾਵਾਂਗੇ। ਰਾਜੇਵਾਲ ਦਾ ਕਹਿਣਾ ਕਿ ਜਦੋਂ ਕਰੋਨਾ ਸੀਗਾ ਅਸੀਂ ਆ ਕੇ ਬੈਠੇ ਹਾਂ ਅਤੇ ਕਰੋਨਾ ਭੱਜ ਗਿਆ, ਅਤੇ ਦੂਜੀ ਗੱਲ ਅਸੀਂ ਮਿਹਨਤ ਕਰਦੇ ਹਾਂ, ਆਪਣੇ ਸਰੀਰ ਤੋੜੇ ਹੋਏ ਆ, ਸਾਡੇ ਕੋਲ ਰੋਗਾਂ ਨਾਲ ਲੜਨ ਦੀ ਸਮਰੱਥਾ ਟੀਕਿਆਂ ਨਾਲੋਂ ਕਿਤੇ ਵੱਧ ਆ, ਅਸੀਂ ਆਪ ਹੀ ਲੜ ਲਾਂਗੇ, ਅਸੀਂ ਆਪ ਹੀ ਹਰਾ ਦਾਂਗੇ ਕਰੋਨਾ ਨੂੰ, ਕੋਈ ਐਡੀ ਗੱਲ ਨਹੀਂ ਹੈ। ਸੋ ਇਹ ਗੱਲ ਜਿਹੜੀ ਹੈਗੀ ਆ ਉਹ ਜਿਹੜਾ ਉੱਥੇ ਪ੍ਰਭਾਵ ਪਾਇਆ ਜਾ ਰਿਹਾ, ਚਾਹੇ ਨਰਿੰਦਰ ਮੋਦੀ ਆਪ ਬੈਠ ਕੇ ਟੀਕਾ ਲਵਾ ਰਹੇ ਨੇ, ਤੁਸੀਂ ਦੇਖਿਆ ਵੀਡੀਓ ਵਾਇਰਲ ਹੋਈਆਂ ਸੀਗੀਆਂ, ਅਤੇ ਟੀਕਾ ਨੇੜੇ ਲਿਜਾਂਦੇ ਆ, ਫੋਟੋ ਖਿੱਚਦੇ ਆ, ਉਹੀ ਟੀਕਾ ਵਾਪਸ ਕਰ ਲੈਂਦੇ ਆ, ਲਾਉਂਦੇ ਹੀ ਨਹੀਂ ਹੈਗੇ। ਅਤੇ ਉਹ ਚੀਜ਼ਾਂ ਵੀ ਹੈਗੀਆਂ ਨੇ, ਹੁਣ ਫੋਟੋ ਖਿਚਾਉਣ ਨਾਲ ਕਿਹੜਾ ਟੀਕਾ ਲੱਗ ਗਿਆ, ਜਾਂ ਉਹ ਵੈਕਸੀਨ ਦਾ ਕੀ ਪਤਾ ਕਿਹੜੀ ਵੈਕਸੀਨ ਦਾ ਟੀਕਾ ਲੱਗਿਆ, ਠੀਕ ਹੈ। ਉਹ ਤਾਂ ਇੱਕ ਸ਼ੋਸ਼ੇਬਾਜ਼ੀ ਵੀ ਹੋ ਸਕਦੀ ਹੈ ਕਿ ਮੈਂ ਵੀ ਲਵਾ ਲਿਆ ਤੁਸੀਂ ਵੀ ਲਵਾਓ, ਮਾੜੀ ਵੀ ਗੱਲ ਕੋਈ ਨਹੀਂ ਹੈਗੀ। ਜੇ ਆਪਾਂ ਦੇਖਿਆ ਜਾਵੇ ਕਿ ਕਿਸੇ ਬਿਮਾਰੀ ਤੋਂ ਬਚਣ ਦੇ ਲਈ ਜੇ ਕੋਈ ਬਚਾਅ ਸੰਬੰਧੀ ਵੈਕਸੀਨ ਆਉਂਦੀ ਹੈ ਜਾਂ ਸੌਖਿਆ ਤਰੀਕੇ ਨਾਲ ਲੱਗ ਰਹੀ ਹੈ, ਤਾਂ ਲਵਾ, ਜਿਹੜਾ ਕੋਈ ਲਵਾਉਣਾ ਚਾਹੁੰਦਾ ਲਵਾ ਵੀ ਸਕਦਾ। ਪਰ ਇਹਨਾਂ ਪੋਸਟਰਾਂ ਦੇ ਪਿੱਛੇ ਜਾ ਕੇ ਜਾਂ ਇਹਨਾਂ ਆਪਾਂ ਕਹਿ ਲਓ ਕਿ ਐਡਵਰਟਾਈਜ਼ ਦੇ ਪਿੱਛੇ ਜਾ ਕੇ ਕਿ ਪ੍ਰਧਾਨ ਮੰਤਰੀ ਨੇ ਲਵਾ ਲਿਆ ਜਾਂ ਫਲਾਣੇ ਨੇ ਲਵਾ ਲਿਆ, ਅਸੀਂ ਵੀ ਲਵਾ ਲਈਏ, ਇਹਨਾਂ ਦੇ ਮਗਰ ਜਾ ਕੇ ਲਵਾਉਣਾ ਬੇਵਕੂਫੀ ਹੋਈ ਆ। ਨਿੱਜਤਾ ਦਾ ਮਸਲਾ ਹੈ, ਕੋਈ ਲਵਾ ਸਕਦਾ ਕੋਈ ਨਹੀਂ ਲਵਾ ਸਕਦਾ। ਜਥੇਬੰਦੀਆਂ ਦੇ ਆਗੂ ਕਹਿ ਰਹੇ ਅਸੀਂ ਨਹੀਂ ਲਵਾਵਾਂਗੇ, ਤਾਂ ਉਹਨਾਂ ਦਾ ਮਕਸਦ ਇਹ ਹੈ ਕਿ ਕੱਲ੍ਹ ਨੂੰ ਕਰੋਨਾ ਦਾ ਕੋਈ ਡਰ ਫੈਲਾ ਕੇ ਜਾਂ ਕੁਛ ਹੋਰ ਕਰਕੇ ਜਾਂ ਕੋਈ ਹੋਰ ਟੀਕਾ ਲਾ ਕੇ ਇਹਨਾਂ ਨੂੰ ਸਾਜਿਸ਼ ਵੀ ਹੋ ਸਕਦੀ ਹੈ ਟੀਕਾਕਰਨ ਦੇ ਜ਼ਰੀਏ। ਕੋਈ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸ਼ਾਇਦ ਤਾਂ ਹੀ ਨਾ ਕੀਤੀ ਹੋਊਗੀ। ਅਤੇ ਜਿਹੜੀ ਹੁਣ ਕੈਪਟਨ ਸਰਕਾਰ ਦੀ ਗੱਲ ਕਰੀਏ, ਇਹਨਾਂ ਦੀ ਜਾਗ ਖੁੱਲ੍ਹੀ ਹੈ ਸ਼ਰਾਬ ਮਾਫੀਆ ਨੂੰ ਲੈ ਕੇ, ਕਹਿੰਦੇ ਫਾਂਸੀ ਤੱਕ ਦੀ ਸਜ਼ਾ ਹੋ ਜਾਣੀ ਹੈ ਜ਼ਹਿਰੀਲੀ ਸ਼ਰਾਬ ਦੇ ਮਾਮਲੇ, ਉਹਨੂੰ ਕਿੱਦਾਂ ਦੇਖਦੇ ਹੋ? ਹੁਣ ਤੱਕ ਜਿੰਨੇ ਸ਼ਰਾਬ ਕਾਂਡ ਹੋਏ ਨੇ ਕਿ ਕੋਈ ਤਣ ਪੱਤਰ ਨਹੀਂ ਲੱਗਿਆ ਕਿ ਕਿਹੜੇ ਮਸਲੇ ਦੇ ਵਿੱਚ ਕਿਹੜੀ ਇਹਨਾਂ ਨੇ ਸਜ਼ਾ ਜਾਂ ਕਿਹੜੇ ਕਿਹੜੇ ਦੋਸ਼ੀਆਂ ਨੂੰ ਲਿਆ ਕੇ ਉਸ ਮਾਮਲੇ ਦਾ ਪੂਰਾ, ਜਿਵੇਂ ਕਹਿੰਦੇ ਸੀ ਕਿ ਸ਼ਾਇਦ ਸਿਆਸੀ ਪੁਸ਼ਤ ਬਣਾਈ ਹੈ, ਤਾਂ ਉਹਨਾਂ ਲੋਕਾਂ ਤੱਕ ਹੱਥ ਪਹੁੰਚੇ ਨੇ? ਦੇਖੋ, ਸਿਆਸੀ ਪੁਸ਼ਤ ਬਣਾਈ ਤੋਂ ਬਿਨਾਂ ਕਿਵੇਂ ਪਨ ਪਜੂਗਾ ਕੋਈ ਨਸ਼ਾ? ਜੇ ਸ਼ਰਾਬ ਨਜਾਇਜ਼ ਸ਼ਰਾਬ ਦੀ ਚਲੋ ਸੋਧ ਕੀਤੀ ਹੈ, ਵਧੀਆ ਗੱਲ ਆ, ਲੇਟ ਆਏ ਦੇਰ ਆਏ ਦਰੁਸਤ ਆਏ ਦੀ ਗੱਲ ਹੋਏ ਉਹ ਵੱਖਰੀ ਗੱਲ ਆ। ਪਰ ਜਿੱਦਾਂ ਚਿੱਟੇ ਦੀ ਗੱਲ ਹੋਈ ਸੀਗੀ ਕਿ ਸਿਆਸੀ ਸ਼ਾਇਦ ਤੋਂ ਬਿਨਾਂ ਕਿਵੇਂ ਵਿਕ ਰਿਹਾ, ਸਮਗਲਿੰਗ ਕਿਵੇਂ ਹੁੰਦੀ ਆ, ਸ਼ਰਾਬ ਵੀ ਨਸ਼ਾ, ਸ਼ਰਾਬ ਦੀ ਸਮਗਲਿੰਗ ਬਿਨਾਂ ਸ਼ਾਇਦ ਤੋਂ ਕਿਵੇਂ ਹੋਜੂਗੀ, ਸਿਆਸੀ ਸ਼ਾਇਦ ਤੋਂ ਬਿਨਾਂ ਨਜਾਇਜ਼ ਸ਼ਰਾਬ ਦੇ ਧੰਦੇ ਕਿਵੇਂ ਚੱਲ ਜਾਣਗੇ? ਕੀ ਪੁਲਿਸ ਨੂੰ ਪਤਾ ਨਹੀਂ ਹੁੰਦਾ? ਕੀ ਪ੍ਰਸ਼ਾਸਨ ਨੂੰ ਪਤਾ ਨਹੀਂ ਹੁੰਦਾ? ਫਿਰ ਜੇ ਉਸ 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 ਇਲਾਕੇ ਦਾ MLA ਕਾਹਦੇ ਲਈ ਆ? ਜੇ ਉਹਨੂੰ ਇੰਨਾ ਹੀ ਨਹੀਂ ਪਤਾ ਵੀ ਉਸਦੇ ਇਲਾਕੇ ਦੇ ਵਿੱਚ ਨਸ਼ਾ ਸਪਲਾਈ ਹੋ ਰਿਹਾ, ਲੋਕਾਂ ਨੂੰ ਪਤਾ ਨਹੀਂ ਹੁੰਦਾ? ਲੋਕ ਆ ਕੇ ਦੱਸਦੇ ਨਹੀਂ ਹੈਗੇ, ਸਭ ਪਤਾ ਹੁੰਦਾ, ਕੌਣ ਕਹਿੰਦਾ ਨਹੀਂ ਪਤਾ ਹੁੰਦਾ? ਇਹ ਸਿਰਫ ਆਪਣੇ ਬਚਾਅ ਲਈ ਬੋਲੂਗਾ ਅਗਲਾ। ਹਰ ਇੱਕ ਇਲਾਕੇ ਦੇ ਵਿੱਚ ਸਭ ਨੂੰ ਪਤਾ ਹੁੰਦਾ ਕਿ ਫਲਾਣੇ ਪਿੰਡ ਦੇ ਵਿੱਚ ਫਲਾਣਾ ਬੰਦਾ ਨਜਾਇਜ਼ ਸ਼ਰਾਬ ਵੇਚ ਰਿਹਾ, ਖਰੀਦੀ ਜਾਂਦੀ ਹੈ, ਬਕਾਇਦਾ ਤੌਰ 'ਤੇ ਵੇਚਦਾ, ਅਤੇ ਪਤਾ ਨਹੀਂ ਹੁੰਦਾ ਕਿਸੇ ਨੂੰ? ਇੱਕ ਜਿੱਥੇ ਭੱਠੀ ਚੱਲ ਰਹੀ ਹੈ ਨਜਾਇਜ਼ ਸ਼ਰਾਬ ਤਿਆਰ ਕਰ ਰਹੇ ਹੈ ਕੈਮੀਕਲ ਪਾ ਕੇ, ਤਾਂ ਉਹਦਾ ਕਿਸੇ ਨੂੰ ਪਤਾ ਨਹੀਂ ਆਉਂਦਾ, ਕੋਈ ਸਮੈਲ ਨਹੀਂ ਆਉਂਦੀ ਉਹਦੀ, ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ, ਸਭ ਪਤਾ ਹੁੰਦਾ। ਠੀਕ ਹੈ, ਤੁਸੀਂ ਉਹਨਾਂ 'ਤੇ ਦੋਸ਼ੀ, ਉਹਨਾਂ ਨੂੰ ਦੋਸ਼ੀ ਬਣਾ ਕੇ ਜਿਹੜੇ ਕਰ ਰਹੇ ਨੇ ਕਾਰੋਬਾਰ, ਉਹਨਾਂ ਨੂੰ ਤੁਸੀਂ ਸਖ਼ਤ ਸਜ਼ਾ ਕਰਤੀ। ਇਹ ਵੀ ਕਰੋ ਨਾਲ ਕਿ ਜੇ ਕਿਸੇ ਵਿਧਾਨ ਸਭਾ ਦੇ ਮੈਂਬਰ MLA ਜਿਹੜਾ ਹੁੰਦਾ ਉਹਦੇ ਇਲਾਕੇ ਦੇ, ਜਿਹਦੇ ਇਲਾਕੇ ਦੇ ਵਿੱਚ ਇੱਦਾਂ ਦੀ ਸ਼ਰਾਬ ਦੀ ਕੋਈ ਫੈਕਟਰੀ ਜਾਂ ਇੱਦਾਂ ਦਾ ਧੰਦਾ ਫੜਿਆ ਜਾਂਦਾ, ਤਾਂ ਉਹਨੂੰ ਵੀ ਸਸਪੈਂਡ ਕਰੋ,
ਸਰਕਾਰ 'ਚੋਂ, ਉਹਦੀ ਵਿਧਾਇਕ ਜਿਹੜੀ ਪਦ ਹੈ ਜਿਹੜਾ ਉਹਦਾ ਅਹੁਦਾ ਹੈ ਉਹ ਵੀ ਖਤਮ ਕਰੋ, ਫਿਰ ਉੱਥੇ ਦੁਬਾਰੇ ਚੋਣ ਕਰਵਾਓ। ਉਹ ਇਹ ਚੀਜ਼ ਇਹ ਕਰਕੇ ਦੇਖੋ, ਨਸ਼ਾ ਪਨਪ ਕੇ ਦਿਖਾਵੇ ਫਿਰ, ਠੀਕ ਹੈ ਨਾ। ਇਹ ਤਾਂ ਹੁਣ ਇੱਕ ਬਸ ਐਂ ਕਰਤਾ ਕਿ ਅਸੀਂ ਬੜੇ ਸੁਹਿਰਦ ਹਾਂ ਜੀ ਨਸ਼ਾ ਰੋਕਣ 'ਚ ਜਾਂ ਲੋਕਾਂ ਦੀ ਜਾਨਾਂ ਬਚਾਉਣ 'ਚ। ਜਿੱਥੇ ਜਿੱਥੇ ਜੜ ਹੈ ਉਸ ਜੜ ਨੂੰ ਫੜੋ ਨਾ, ਉਹ ਜੜ ਤੋਂ ਜਦੋਂ ਮਰੋੜੋਗੇ ਉਦੋਂ ਪਤਾ ਲੱਗੂਗਾ ਵੀ ਹਾਂ ਕਿੱਥੇ ਚੱਕ ਕੇ ਇਹ ਖਤਮ ਹੁੰਦੀ ਹੈ, ਕਿੱਥੋਂ ਸ਼ੁਰੂ ਹੋ ਰਹੀ ਹੈ। ਉੱਪਰਲੀ ਸ਼ਾਇਦ ਤੋਂ ਬਿਨਾਂ ਕੁਛ ਨਹੀਂ ਹੁੰਦਾ, ਸਭ ਪਤਾ ਹੁੰਦਾ, ਮਿਲੀ ਭੁਗਤ ਹੁੰਦੀ ਹੈ। ਪਟਿਆਲੇ ਜ਼ਿਲ੍ਹੇ ਦੇ ਵਿੱਚ ਹੀ ਤੁਸੀਂ ਦੇਖੀਆਂ ਹੁਣ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਨੇ, ਕਿਤੇ ਕਾਰਵਾਈ ਹੋਈ? ਹਾਂ, ਕਿਹਦੇ 'ਤੇ ਕਾਰਵਾਈ ਹੋਈ ਆ? ਕੌਣ ਸੀ ਨਾ ਪਿੱਛੇ, ਕਿਹਦੀ ਸ਼ਹਿ ਸੀ, ਕੀ ਐੱਮ ਐੱਲ ਏ ਦੀ ਡਿਊਟੀ ਕੀ ਹੈ? ਫਿਰ ਪੁੱਛਿਆ ਜਾਵੇ ਉਹਨੂੰ ਵੀ ਤੂੰ ਲੜਿਆ ਚੋਣਾਂ ਕਿਸ ਚੀਜ਼ ਲਈ ਲੜਿਆ, ਤੂੰ ਤੇਰੇ ਵਾਅਦੇ ਕਿੱਥੇ ਸੀਗੇ? ਸਰਕਾਰ ਨੂੰ ਵੀ ਪੁੱਛਣਾ ਚਾਹੀਦਾ ਵੀ ਤੈਨੂੰ ਐੱਮ ਐੱਲ ਏ ਖੜਾ ਕੀਤਾ ਸੀ, ਪਾਰਟੀ ਦਾ ਅਕਸ ਖਰਾਬ ਹੁੰਦਾ, ਪਾਰਟੀ ਚੰਗਾ ਕੰਮ ਕਰਨਾ ਚਾਹੁੰਦੀ ਹੈ, ਤੇਰੇ ਇਲਾਕੇ ਦੇ ਵਿੱਚ ਇਹ ਹੋਇਆ, ਤੂੰ ਤੈਨੂੰ ਕਿਉਂ ਨਾ ਸਸਪੈਂਡ ਕਰਿਆ ਜਾਵੇ, ਤੈਨੂੰ ਕਿਉਂ ਨਹੀਂ ਪਤਾ ਸੀਗਾ? ਅਤੇ ਇਹ ਚੀਜ਼ਾਂ ਹੋਣੀਆਂ ਵੀ ਨਾਲ ਜ਼ਰੂਰੀ ਨੇ ਜੀ। ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੋਪਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ, ਲੋਕਰਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।